A warm welcome to all of you. ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਤੁਹਾਡੇ ਟਰਮ 1 ਦੇ ਮਾਡਲ ਟੈਸਟ ਪੇਪਰ ਦੇ ਕੁਐਸਚਨਸ ਨੂੰ ਸੋਲਵ ਕਰ ਰਹੇ ਹਾਂ ਐਸ ਯੂ ਆਲ ਨੋ ਅਬਾਊਟ ਇਟ ਕਿ ਤੁਹਾਡੇ ਪੇਪਰ ਟਰਮ 1 ਤੇ ਟਰਮ 2 ਦੋ ਤਰ੍ਹਾਂ ਨਾਲ ਹੋਣਗੇ ਟਰਮ 1 ਜੋ ਹੁਣ ਤੁਹਾਡੀ ਡੇਟ ਸ਼ੀਟ ਆ ਜਾਏਗੀ ਦਸੰਬਰ ਜਾਂ ਨਵੰਬਰ ਦੇ ਐਂਡ ਤੱਕ ਉਸ ਦੇ ਵਿੱਚ ਬੇਟਾ ਸਿਰਫ ਐਮਸੀਕਿਊਜ਼ ਆਉਣਗੇ ਟਰਮ 2 ਜਿਹੜੀ ਕਿ ਹੋਏਗੀ ਤੁਹਾਡੀ ਫਰਵਰੀ ਮਾਰਚ ਦੇ ਵਿੱਚ ਉਹਦੇ ਵਿੱਚ ਤੁਸੀਂ ਕੁਐਸਚਨਸ ਸੋਲਵ ਕਰਨੇ ਹੋਣਗੇ ਠੀਕ ਹੈ ਜੀ ਤਾਂ ਹੁਣ ਜਿਹੜੇ ਪੇਪਰ ਹੋਣ ਜਾ ਰਹੇ ਨੇ ਬੇਟਾ ਤੁਹਾਡੇ ਟਰਮ 1 ਦੇ ਉਹਦੇ ਲਈ ਪਹਿਲਾ ਮਾਡਲ ਟੈਸਟ ਪੇਪਰ ਆਇਆ ਹੈ ਬੋਰਡ ਵੱਲੋਂ ਉਹਨੂੰ ਆਪਾਂ ਅੱਜ ਸੋਲਵ ਕਰ ਰਹੇ ਹਾਂ ਵੀਡੀਓ ਨੂੰ ਬਹੁਤ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਬੇਟਾ ਤੁਹਾਨੂੰ ਪਸੰਦ ਆndੀ ਹੈ ਤਾਂ ਇਹਨੂੰ ਜ਼ਰੂਰ ਲਾਈਕ ਕਰਨਾ ਤੇ ਅੱਗੇ ਸ਼ੇਅਰ ਵੀ ਕਰ ਦੇਣਾ ਫਰਸਟ ਕੁਐਸਚਨ ਬਹੁਤ ਈਜ਼ੀ ਹੈ ਦੇਖੋ ਦਿੱਤੇ ਹੋਏ ਗੁਣਨਖੰਡ ਰੁੱਖ ਵਿੱਚ ਅਗਿਆਤ ਅੰਕ ਪਤਾ ਕਰੋ ਬੇਟਾ ਇਹ ਪੰਜਾਬੀ ਮੀਡੀਅਮ ਦੇ ਵਿੱਚ ਹੀ ਆਇਆ ਹੈ ਮੈਂ ਤੁਹਾਨੂੰ ਨਾਲ-ਨਾਲ ਇੰਗਲਿਸ਼ ਦੱਸਦੀ ਰਹਾਂਗੀ ਇਹਨਾਂ ਨੇ ਕਿਹਾ ਇਸ ਫੈਕਟਰ ਟਰੀ ਦੇ ਵਿੱਚ ਜੋ ਮਿਸਿੰਗ ਹੈ ਉਹਨੂੰ ਫਾਈਂਡ ਕਰੋ ਤਾਂ ਬੱਚੇ ਦੇਖੋ 18 18 ਦੇ ਇਹਨੇ ਦੋ ਐਦਾਂ ਪਾਰਟਸ ਬਣਾਏ ਨੇ ਇੱਕ ਫਿਲਿੰਗ ਫਿਲ ਅਪਸ ਹੈ ਜਿਹੜੀ ਥੋੜੀ ਦੂਸਰੇ ਪਾਸੇ ਇਹਨੇ ਲਿਖਿਆ 2 ਤਾਂ ਇਹਦੇ ਨਾਲ ਆਪਾਂ ਦੋ ਨੂੰ ਮਲਟੀਪਲਾਈ ਕਰੀਏ ਕਿ 18 ਬਣ ਜਵੇ ਯੈਸ ਇਟ ਇਜ਼ 9 ਦਾ ਫਰਸਟ ਦਾ ਆਨਸਰ ਕਿੰਨਾ ਆ ਜੇਗਾ ਬੇਟਾ 9 9 ਦੋਣੀ 18 ਸੌਖਾ ਸੀ ਨਾ ਸੈਕਿੰਡ ਕੁਐਸਚਨ ਦੋ ਸੰਖਿਆਵਾਂ ਦਾ ਮਾਸਵ ਅਤੇ ਲਸਵ ਦਾ ਗੁਣਾ ਕਿਸ ਦੇ ਬਰਾਬਰ ਹੁੰਦਾ ਹੈ ਤੇ ਇਹਦੇ ਵਿੱਚ ਇਹ ਪੁੱਛਣਾ ਚਾ ਰਿਹਾ ਹੈ ਬੱਚੇ ਕਿ ਐਚसीएफ ਇੰਟੂ ਐਲਸੀਐਮ ਕਿਹਦੇ ਬਰਾਬਰ ਹੁੰਦਾ ਤਾਂ ਕੀ ਦੇ ਬਰਾਬਰ ਹੁੰਦਾ ਜੀ ਪ੍ਰੋਡਕਟ ਆਫ ਬੋਥ ਨੰਬਰਸ ਦੋਨੋਂ ਸੰਖਿਆਵਾਂ ਦੀ ਗੁਣਾ ਕੀਤਾ ਹੋਇਆ ਨਾ ਇਹ ਆਪਾਂ ਹਾਂਜੀ ਇਹਦਾ ਕਿਹੜੀ ਆਪਸ਼ਨ ਆ ਰਹੀ ਹੈ ਜੀ ਬੀ ਆਪਸ਼ਨ ਸੰਖਿਆਵਾਂ ਦੀ ਗੁਣ ਠੀਕ ਹੈ ਬੱਚੇ ਇਹ ਤੀਜਾ ਕੁਸ਼ਚਨ ਬਿਨਾ ਲੰਬੀ ਵੰਡ ਪ੍ਰਕਿਰਿਆ ਕਰਦਿਆਂ ਦੱਸੋ ਕਿ ਪਰਿਮੇਯ ਸੰਖਿਆ ਮਤਲਬ ਰੈਸ਼ੀਨਲ ਨੰਬਰ 17/8 ਦਾ ਦਸ਼ਮਲਵ ਪ੍ਰਸਾਰ ਮਤਲਬ ਡੈਸੀਮਲ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਆਏਗਾ ਤਾਂ ਇਹਦਾ ਕੀ ਮੈਥਡ ਹੈ ਬੇਟਾ 17/8 ਹੈ ਤਾਂ 8 ਦੇ ਆਪਾਂ ਪ੍ਰਾਈਮ ਫੈਕਟਰ ਬਣਾਵਾਂਗੇ 2 ਦੀ ਪਾਵਰ 3 ਤੇ ਇਹਦੇ ਨਾਲ 5 ਦੀ ਕੋਈ ਪਾਵਰ ਨਹੀਂ ਆਈ ਆਈ ਆਪਾਂ 5 ਦੀ ਪਾਵਰ ਲਿਖ ਲਾਂਗੇ 0 ਰੂਲ ਕੀ ਹੈ ਬੱਚੇ ਜੇ ਆਪਣਾ ਹਰ 2 ਦੀ ਪਾਵਰ m 5 ਦੀ ਪਾਵਰ n ਮਤਲਬ 2s اور 5s ਹੀ ਆਉਂਦੇ ਨੇ ਜੇ ਪ੍ਰائم ਫੈਕਟਰਸ ਤਾਂ ਆਪਾਂ ਲਿਖਦੇ ਹੁੰਦੇ ਆ ਕਿ ਦਸ਼ਮਲਵ ਪ੍ਰਸਾਰ ਕੀ ਹੈ ਸ਼ਾਂਤ ਜੇ ਕੋਈ ਵੀ ਹੋਰ ਪ੍ਰائم ਫੈਕਟਰ ਆਂਦਾ ਤਾਂ ਫਿਰ ਆਪਾਂ ਲਿਖਦੇ ਹੁੰਦੇ ਆ ਅਸ਼ਾਂਤ ਅਵਰਤੀ ਤਾਂ ਹੁਣ ਆਪਣੇ ਤਾਂ ਇਹ 2s اور 5s ਹੀ ਆਏ ਨੇ ਇਸ ਕਰਕੇ ਇਹ ਕੀ ਹੋਏਗਾ ਬੇਟਾ ਜੀ ਸ਼ਾਂਤ ਠੀਕ ਹੈ ਸਮਝ ਆ ਗਿਆ ਅਗਲਾ ਕੁਸ਼ਚਨ √5 ਚੌਥਾ ਕੁਸ਼ਚਨ ਕਰ ਰਹੇ ਹਾਂ √5 3 ਉਹਨੇ ਪੁੱਛਿਆ ਕਿਸ ਤਰ੍ਹਾਂ ਦੀ ਸੰਖਿਆ ਹੈ ਤਾਂ ਫਸਟ ਪਹਿਲਾਂ √5 ਨੂੰ ਦੇਖੋ ਕਿਸ ਤਰ੍ਹਾਂ ਦੀ ਸੰਖਿਆ ਹੈ ਬੇਟਾ ਇਹ ਅਪਰੀਮੀਰੈਸ਼ੀਨਲ ਤੇ ਉਹਦੇ ਵਿੱਚੋਂ ਆਪਾਂ ਮਾਈਨਸ ਕਰ ਰਹੇ ਹਾਂ ਇੱਕ ਰੈਸ਼ੀਨਲ ਨੰਬਰ ਤਾ ਬੇਟਾ ਜਦੋਂ ਆਪਾਂ ਇਰੈਸ਼ਨਲ ਚੋਂ ਇੱਕ ਛੋਟਾ ਜਿਹਾ ਕੋਈ ਰੈਸ਼ਨਲ ਨੰਬਰ ਮਾਈਨਸ ਕਰ ਰਹੇ ਆ ਚਾਹੇ ਬਹੁਤ ਵੱਡਾ ਵੀ ਹੋਵੇ ਇਰੈਸ਼ਨਲ ਨੇ ਤਾਂ ਕਦੇ ਖਤਮ ਹੀ ਨਹੀਂ ਨਾ ਹੋਣਾ ਕਦੇ ਆਪਣੇ ਆਪ ਨੂੰ ਰਿਪੀਟ ਹੀ ਨਹੀਂ ਕਰਨਾ ਤੇ ਉਹਦੇ ਚ ਆਪਾਂ ਜੇ ਇੱਕ 3 ਮਾਈਨਸ ਕਰ ਰਹੇ ਆ ਤਾਂ ਉਹਦੇ ਵੈਲਿਊ ਨੂੰ ਕੋਈ ਜ਼ਿਆਦਾ ਫਰਕ ਨਹੀਂ ਪਾਏਗਾ ਤਾਂ ਉਹ ਇਰੈਸ਼ਨਲ ਹੀ ਰਹੇਗੀ ਤਾਂ ਯਾਦ ਰੱਖਿਓ ਬੱਚੇ ਕਿ ਜਦੋਂ ਆਪਾਂ ਇਰੈਸ਼ਨਲ ਨੰਬਰ ਚੋਂ ਕੋਈ ਨੰਬਰ ਮਾਈਨਸ ਕਰਦੇ ਆ ਰੈਸ਼ਨਲ ਪਲੱਸ ਕਰਦੇ ਆ ਮਲਟੀਪਲਾਈ ਕਰਦੇ ਆ ਡਿਵਾਈਡ ਕਰਦੇ ਆ ਤਾਂ ਵੀ ਜੋ ਰਿਜ਼ਲਟਿੰਗ ਨੰਬਰ ਹੈ ਉਹ ਅਪਰੀਮੇ ਹੀ ਰਹੇਗਾ ओके okay जी अगला देखो जेकर ਕਹਿੰਦੇ ਕਿਸੇ ਸੰਖਿਆ ਨੂੰ 5 ਨਾਲ ਭਾਗ ਕਰਦੇ ਆ ਤੇ ਆਰ ਬਾਕੀ ਬਚ ਜਾਂਦਾ ਤਾਂ ਉਹ ਆਰ ਕਿਸ ਤਰ੍ਹਾਂ ਦਾ ਹੋਵੇਗਾ ਯੂਕਲਿਡ ਐਲਗੋਰਿਦਮ ਲਗਾਓ ਜਾਂ ਫਿਰ ਆਪਣਾ ਇਦਾਂ ਸੋਚੋ ਜਿਵੇਂ ਹੁਣ ਆਪਾਂ 5 ਨਾਲ ਭਾਗ ਕਰ ਰਹੇ ਹਾਂ 5 ਦੋਨੇ 10 ਬਚਿਆ ਕਿੰਨਾ ਜੀ 2 ਕੁਝ ਵੀ ਹੋਰ ਜੇ ਆਪਾਂ 11 ਲਗਾਣੇ ਆ ਤਾਂ 1 ਬਚ ਜਾਏਗਾ 10 ਲਗਾਣੇ ਆ 0 ਬਚ ਜਾਏਗਾ ਤੇ 9 ਲਗਾਣੇ ਆ 4 ਬਚ ਜਾਏਗਾ 8 ਲਗਾਵਾਂਗੇ 3 ਬਚ ਜਾਏਗਾ ਠੀਕ ਹੈ 7 ਲਗਾਵਾਂਗੇ 2 ਬਚ ਜਾਏਗਾ 6 ਲਗਾਵਾਂਗੇ 1 ਬਚ ਜਾਏਗਾ ਮਤਲਬ ਕਿਹੜੇ-ਕਿਹੜੇ ਨੰਬਰ ਰਪੀਟ ਹੋ ਰਹੇ ਨੇ 1 2 3 4 0 ਮਤਲਬ ਜਿਹੜੀ ਆਰ ਬਚੇਗੀ ਉਹ ਜਾਂ ਤਾਂ 0 ਹੋਏਗੀ ਜਾਂ ਫਿਰ 5 ਤੋਂ ਛੋਟੀ ਹੋਏਗੀ ਤਾਂ ਕਿੱਦਾਂ ਲਿਖਾਂਗੇ ਜਾਂ ਤਾਂ 0 ਦੇ ਬਰਾਬਰ ਆਊਗੀ ਜਾਂ 5 ਤੋਂ ਛੋਟੀ ਹੋਊਗੀ ਤਾਂ ਕਿਹੜੀ ਆਪਸ਼ਨ ਇਹ ਸਹੀ ਲੱਗ ਰਹੀ ਹੈ ਬੀ ਆਪਸ਼ਨ ਇੱਥੇ ਦੇਖੋ ਫਰਸਟ ਆਪਸ਼ਨ ਦੇ ਵਿੱਚ ਆਰ ਉਹਨੇ ਲੈਸ ਦੈਨ 5 ਕਹਤਾ ਠੀਕ ਹੈ ਕਿ ਨਾਲੇ ਦੂਸਰੇ ਪਾਸੇ ਕਹਿੰਦਾ ਕਿ ਜਿਹੜਾ ਆਰ ਹੈ ਉਹ ਗ੍ਰੇਟਰ ਥੈਨ 0 ਬੇਟਾ ਜਦੋਂ ਪੂਰੀ ਦੀ ਪੂਰੀ ਟਰਮ ਕੱਟ ਜਾਂਦੀ ਹੈ ਤਾਂ ਆਪਣੇ ਕੋਲ 0 ਤਾਂ ਬਾਕੀ ਬਚਦਾ ਹੈ ਨਾ ਤਾਂ ਆਨਸਰ ਤੇ 0 ਤੇ ਇਕੁਐਲਿਟੀ ਤਾਂ ਆਉਣੀ ਹੀ ਚਾਹੀਦੀ ਹੈ ਚਲੋ ਆਪਾਂ ਦੁਬਾਰਾ ਇਹਨੂੰ ਦੇਖਦੇ ਹਾਂ ਯੂਕਲਿਡ ਜਦੋਂ ਆਪਾਂ ਲਿਖਦੇ ਹਾਂ ਕਿ ਜਦੋਂ ਆਪਾਂ ਦੋ a ਅਤੇ b ਸੰਖਿਆਵਾਂ ਨੂੰ ਡਿਵਾਈਡ ਕਰ ਰਹੇ ਹਾਂ ਤੇ ਆਪਣੇ ਕੋਲ ਦੋ ਆਨਸਰਸ ਆ ਰਹੇ ਨੇ ਕਿਉ ਕੋਸ਼ੈਂਟ ਆ ਰਿਹਾ ਆਰ ਰਿਮੇਂਡਰ ਆ ਰਿਹਾ ਤਾਂ ਕਿੱਦਾਂ ਲਿਖਦੇ ਹੁੰਦੇ ਆ a bq r ਨਾਲ ਦੀ ਨਾਲ ਲਿਖਦੇ ਹੁੰਨੇ ਆ ਵੇਅਰ r is 0 is less than r is less than b ਤਾਂ ਇੱਥੇ 0 ਦੇ ਤਾਂ ਇਕੁਅਲ ਵੀ ਹੋ ਸਕਦਾ ਹੈ ਪਰ ਜਿਹਦੇ ਨਾਲ ਡਿਵਾਈਡ ਕਰ ਰਹੇ ਆ ਉਸ ਤੋਂ ਛੋਟਾ ਹੀ ਰਹੇਗਾ ਠੀਕ ਹੈ ਨੈਕਸਟ ਦੇਖੋ ਜੀ ਆਪਣੇ ਕੋਲ ਇੱਕ ਗ੍ਰਾਫ ਬਣਿਆ ਹੋਇਆ ਹੈ ਸਿਫਰਾਂ ਦੀ ਗਿਣਤੀ ਨੰਬਰ ਆਫ ਜ਼ੀਰੋਜ਼ ਫਾਈਂਡ ਕਰਨਾ ਹੈ 1 2 3 4 ਕਿੰਨੇ ਪਲੇਸਿਸ ਦੇ ਉੱਪਰ ਐਕਸ ਐਕਸੀਸ ਨੂੰ ਤੁਹਾਡਾ ਗ੍ਰਾਫ ਕੱਟ ਰਿਹਾ ਹੈ ਚਾਰ ਥਾਵਾਂ ਤੇ ਤਾਂ ਇਸ ਦੇ ਸਿਫਰਾਂ ਦੀ ਗਿਣਤੀ ਕਿੰਨੀ ਹੋਊਗੀ ਚਾਰ ਕਲੀਅਰ ਹੈ ਜੀ ਅਗਲਾ ਕੁਐਸਚਨ ਦੇਖੋ px ਦਿੱਤੀ ਹੋਈ ਆਪਾਂ ਨੂੰ ax2 bx c ਦੋ ਘਾਤੀ ਬਹੁਪਦ ਹੈ ਕੁਆਡਰੈਟਿਕ ਪੋਲੀਨੋਮੀਅਲ ਤਾਂ c a ਦਾ px ਦੇ ਸਿਫਰਾਂ ਨਾਲ ਕੀ ਸੰਬੰਧ ਹੈ ਤਾਂ ਬੇਟਾ ਜਦੋਂ ਆਪਾਂ ਲਿਖਦੇ ਹੁੰਨੇ ਆ -b a ਤਾਂ ਉਹਨੂੰ ਕੀ ਕਹਿੰਨੇ ਹੁੰਨੇ ਆ ਸਿਫਰਾਂ ਦਾ ਜੋੜ ਜਦੋਂ ਆਪਾਂ ਕਹਿੰਨੇ ਆ c a ਉਹਨੂੰ ਕੀ ਕਹਨੇ ਹੁੰਨੇ ਆ ਸਿਫਰਾਂ ਦੀ ਗੁਣਾ ਸਮ ਆਫ ਦਾ ਜ਼ੀਰੋਜ਼ ਤੇ ਪ੍ਰੋਡਕਟ ਆਫ ਦਾ ਜ਼ੀਰੋਜ਼ ਤਾਂ ਦੇਖੋ ਕਿਹੜੀ ਆਪਸ਼ਨ ਦੇ ਵਿੱਚ ਲਿਖਿਆ ਹੋਇਆ C/A ਦਾ ਕੀ ਸੰਬੰਧ ਹੈ ਸਿਫਰਾਂ ਦੀ ਗੁਣਾ ਹੈ ਇਹ ਕਲੀਅਰ ਹੋ ਗਿਆ ਬੱਚੇ ਜੇ ਇੱਥੇ ਮਾਈਨਸ ਦਾ B/A ਹੁੰਦਾ ਤਾਂ ਕਿਹੜੀ ਆਪਸ਼ਨ ਆਪਾਂ ਟਿਕ ਕਰਦੇ ਸਿਫਰਾਂ ਦਾ ਜੋੜ ਠੀਕ ਹੈ ਜੀ ਦੋਨੋਂ ਆਪਸ਼ਨ ਆ ਪਤਾ ਲੱਗ ਗਿਆ ਨਾ हां जी ਤਾਂ 8th ਕੁਐਸਚਨ ਹੈ ਬੇਟੇ ਦੋ ਘਾਤੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ? ਕੁਆਡਰੈਟਿਕ ਪੋਲੀਨੋਮੀਅਲ ਦੀ ਡਿਗਰੀ ਤਾਂ ਕਿੰਨੀ ਹੁੰਦੀ ਹੈ ਬੇਟਾ 2 ਆ ਉੱਪਰ ਹੀ ਲਿਖੀ ਹੋਈ ਹੈ ਦੇਖੋ ਇੱਕ ਕੁਆਡਰੈਟਿਕ ਪੋਲੀਨੋਮੀਅਲ ਤੇ ਉਹਦੀ ਜਿਹੜੀ ਡਿਗਰੀ ਹੈ ਉਹਦੀ ਪਾਵਰ ਹੈ ਕਿੰਨੀ ਹੈ 2 ਅਗਲਾ ਕੁਐਸਚਨ ਇੱਕ ਦੋ ਘਾਤੀ ਬਹੁਪਦ ਦੀਆਂ ਸਿਫਰਾਂ 1 ਅਤੇ 4 ਨੇ ਬਹੁਪਦ ਦੱਸੋ ਕੁਆਡਰੈਟਿਕ ਪੋਲੀਨੋਮੀਅਲ ਹੈ ਜਿਸ ਦੀਆਂ ਜ਼ੀਰੋਜ਼ ਦਿੱਤੀਆਂ ਹੋਈਆਂ ਨੇ 1 ਐਂਡ 4 ਤੇ ਆਪਾਂ ਉਹ ਪੋਲੀਨੋਮੀਅਲ ਲਿਖਣਾ ਹੈ ਕੀ ਫਾਰਮੂਲਾ ਹੁੰਦਾ ਹੈ x² sx p ਬਾਹਰਲੇ ਪਾਸੇ ਕੀ ਹੁੰਦਾ ਹੈ ਐਲਸੀਐਮ ਹੁਣ 1 ਤੇ 4 ਦਾ ਤਾਂ ਕੋਈ ਐਲਸੀਐਮ ਹੈ ਨਹੀਂਗਾ ਤਾਂ 1 ਲਿਖ ਲਓ s ਦਾ ਮਤਲਬ ਕੀ ਹੁੰਦਾ ਹੈ ਸਿਫਰਾਂ ਦਾ ਜੋੜ ਤੁਹਾਨੂੰ 1 ਤੇ 4 ਦਿੱਤੀਆਂ ਹੋਈਆਂ ਸੀ ਉਹਨਾਂ ਦਾ ਜੋੜ p ਦਾ ਮਤਲਬ ਕੀ ਹੁੰਦਾ ਹੈ ਸਿਫਰਾਂ ਦੀ ਗੁਣਾ ਤਾਂ x² 4 ਦੇਖੋਗੇ ਜੀ 5 5x 4 1 4 ਤਾਂ ਦੇਖੋ ਇਹ ਕਿੱਥੇ ਲਿਖਿਆ ਹੋਇਆ x² 5x ਪਲੱਸ 4 ਸੈਕਿੰਡ অপਸ਼ਨ ਦੇ ਵਿੱਚ ਠੀਕ ਹੈ ਬੇਟਾ ਸਮਝ ਆ ਗਿਆ ਅਗਲਾ ਕੁਸ਼ਚਨ ਦਿੱਤੇ ਗਏ ਬੋਪਦ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੋਵੇਗੀ ਦੇਖੋ ਬੋਪਦ ਕਿਹੜਾ ਦਿੱਤਾ ਆਪਾਂ ਨੂੰ x 2 ਦਾ ਹੋਲ ਸਕਰ 4 ਤੇ ਇਹਨੂੰ ਇਹਦਾ ਸਕਰ ਖੋਲ ਕੇ ਦੇਖੋ x² 4 ਮਤਲਬ a² ਹੁੰਦਾ ਹੈ b² ਹੁੰਦਾ ਹੈ 2 ਹੁੰਦਾ ਹੈ ab ਪੂਰਾ ਹੀ ਮੈਂ ਖੋਲ ਕੇ ਲਿਖਤਾ ਹੁਣ ਆਪਾਂ ਅਗਲੀ ਲਾਈਨ 'ਚ ਸਟੈਪ ਵਧਾ ਲੈਨੇ ਕੋਈ ਚੱਕਰ ਨਹੀਂ ਦਾ 4x 4 ਤਾਂ ਕੀ ਬਣਿਆ ਬਟੇ ਇਹ ਦੋ ਘਾਤੀ ਬਹੁਪਦ ਬਣੀ ਹੈ ਜੇ ਇਹ ਦੋ ਘਾਤੀ ਬਹੁਪਦ ਹੈ ਤਾਂ ਇਸ ਦੇ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ ਦੋ ਠੀਕ ਹੈ ਜੀ ਇਹਦੇ ਆਨਸਰਸ ਕਿੰਨੇ ਆਉਣਗੇ ਦੋ ਠੀਕ ਹੈ ਬਟਾ ਸਮਝ ਆ ਗਿਆ ਅਗਲਾ ਕੁਸ਼ਚਨ ਜੇਕਰ ਸਮੀਕਰਨਾਂ ਦੇਖੋ ਦੋ ਆਪਾਂ ਨੂੰ ਇਕੁਏਸ਼ਨਸ 기ਵਨ ਨੇ ਇਹਨਾਂ ਦਾ ਕਹਿੰਦੇ ਇੱਕ ਵਿਲੱਖਣ ਹੱਲ ਮਤਲਬ ਯੂਨੀਕ ਸੋਲੂਸ਼ਨ ਹੋਵੇ ਤਾਂ k ਦਾ ਆਨਸਰ ਦੱਸੋ ਪਹਿਲਾ ਇਕੁਏਸ਼ਨਸ ਨੂੰ ਇੱਕ ਦੂਸਰੇ ਦੇ نیچے ਲਿਖ ਲੈਣੇ ਆ। ਹਾਂਜੀ ਹੁਣ ਕੀ ਕਰਦੇ ਹੁੰਨੇ ਆਪਾਂ a1 a2 b1 b2 c1 c2 ਵਿਲੱਖਣ ਹੱਲ ਕਦੋਂ ਹੁੰਦਾ ਜਦੋਂ ਇਹ ਤਿੰਨੋਂ ਜਿਹੜੇ ਅਨੁਪਾਤ ਨੇ ਉਹ ਬਰਾਬਰ ਨਹੀਂ ਆਉਂਦੇ ਹੁੰਦੇ। ਠੀਕ ਹੈ ਤਾਂ ਆਪਾਂ ਦੇਖੋ a1 ਕੀ a2 ਕੀ ਹੈ k 6 ਬਰਾਬਰ ਨਹੀਂ ਹੈ ਇੱਥੇ ਦੋਨੇ ਡਿਜੀਟ ਚੱਕ ਲੋ ਦਾ 1 ਓਵਰ ਦਾ 2 ਮਾਈਨਸ ਨਾਲ ਮਾਈਨਸ ਕੈਨਸਲ ਹੋ ਗਿਆ ਕ੍ਰੋਸ ਮਲਟੀਪਲਾਈ ਕਰੋ 2 ਇਧਰ k ਨਾਲ ਮਲਟੀਪਲਾਈ ਹੋ ਜਾਏਗਾ 6 1 ਨਾਲ ਮਲਟੀਪਲਾਈ ਹੋ ਜਾਏਗਾ k ਇੱਥੇ ਬਰਾਬਰ ਨਹੀਂ ਦੀ ਉਹ ਨਿਸ਼ਾਨੀ ਆਣੀ ਹੈ 6 2 ਕਿੰਨਾ ਆ ਗਿਆ ਜੀ ਕੱਟ ਕੇ k ਨਹੀਂ ਹੈਗਾ 3 ਦੇ ਤਾਂ ਇਸ ਵੈਲਿਊ ਦੇ ਲਈ ਦੋਨੋਂ ਜਿਹੜੀਆਂ ਇਕੁਏਸ਼ਨਸ ਨੇ ਉਹਦਾ ਇੱਕ ਵਿਲੱਖਣ ਹੱਲ ਹੋਵੇਗਾ ਤਾਂ k ਦਾ ਆਨਸਰ ਕਿੰਨਾ ਆਊਗਾ not 3 ਠੀਕ ਹੈ ਬੇਟਾ ਜੀ ਸਮਝ ਆ ਗਿਆ ਅਗਲਾ ਕੁਐਸਚਨ 12ਵਾਂ ਕੁਐਸਚਨ ਹੈ ਬੇਟਾ ਦੇਖੋ ਆਸ਼ਾ ਹੈ ਉਹਦੇ ਕੋਲ ਸਿਰਫ 1 ਰੁਪਏ ਔਰ 2 ਰੁਪਏ ਦੇ ਸਿੱਕੇ ਨੇ ਤੇ ਜਦੋਂ 1 ਰੁਪਏ ਦੇ ਸਿੱਕੇ ਉਹਨੂੰ x ਮੰਨ ਲਓ 2 ਰੁਪਏ ਦੇ ਸਿੱਕਿਆਂ ਨੂੰ ਤੁਸੀਂ y ਮੰਨ ਲਓ ਉਸ ਕੋਲ ਕੁੱਲ ਸਿੱਕਿਆਂ ਦੀ ਗਿਣਤੀ ਕਿੰਨੀ ਹੈ 50 ਮਤਲਬ ਜਿਨਨੇ 1 ਰੁਪਏ ਵਾਲੇ ਨੇ ਜਿਨਨੇ 2 ਰੁਪਏ ਵਾਲੇ ਨੇ ਦੋਨਾਂ ਨੂੰ ਜਦੋਂ ਗਿਣ ਕੇ ਦੇਖਦੇ ਆ ਤਾਂ 50 ਸਿੱਕੇ ਨੇ ਟੋਟਲ ਠੀਕ ਹੈ ਤੇ ਉਹਨਾਂ ਦੀ ਬਣਦੀ ਕੁੱਲ ਰਕਮ ਕਿੰਨੀ ਹੈ 75 ਰੁਪਏ ਮਤਲਬ 1 1 ਰੁਪਏ ਤੇ 2 2 ਰੁਪਏ ਦੇ ਸਿੱਕਿਆਂ ਨੂੰ ਜਦੋਂ ਜੋੜ ਕੇ ਦੇਖਦੇ ਆ ਤਾਂ ਮਣੀ ਕਿੰਨੀ ਬਣ ਜਾਂਦੀ ਹੈ 75 ਰੁਪਏ ਤਾਂ ਇਹਨੂੰ ਕਿਵੇਂ ਲਿਖੋਗੇ ਇਕੁਏਸ਼ਨ ਨੂੰ 1 1 ਰੁਪਏ ਵਾਲੇ ਤਾਂ x ਹੀ ਹੋ ਗਿਆ 2 2 ਰੁਪਏ ਵਾਲੇ ਆਪਾਂ 2 ਨਾਲ ਗੁਣਾ ਕਰਕੇ ਦੇਖਾਂਗੇ ਟੋਟਲ ਮਣੀ ਕਿੰਨੀ ਬਣਦੀ ਹੈ ਦੋਨਾਂ ਨੂੰ ਜੋੜ ਕੇ ਬਣਦਾ ਹੈ 75 ਦੇਖੋ 1 1 ਰੁਪਏ ਵਾਲੇ 1 ਨਾਲ ਗੁਣਾ ਕੀਤਾ 2 2 ਰੁਪਏ ਵਾਲਿਆਂ ਨੂੰ 2 ਨਾਲ ਗੁਣਾ ਕੀਤਾ ਦੋਨਾਂ ਨੂੰ ਮਣੀ ਨੂੰ ਜੋੜਿਆ 75 ਰੁਪਏ ਬਣ ਗਏ ਹੁਣ ਇਹਨੂੰ ਸੋਲਵ ਕਿਵੇਂ ਕਰਨਾ ਹੈ ਆਪਾਂ ਵਿਲੋਕਣ ਵਿਲੋਪਣ ਵਿਧੀ ਅਪਣਾ ਲਓ ਨਿਸ਼ਾਨੀਆਂ ਬਦਲਤੀਆਂ x ਘਟ ਗਿਆ 2y ਚੋਂ y ਗਏ y ਰਹਿ ਗਏ ਵੱਡੇ ਅੱਖਰ ਦੀ ਨਿਸ਼ਾਨੀ ਲੱਗ ਗਈ 75 ਚੋਂ 50 ਗਏ 25 ਵੱਡੇ ਅੱਖਰ ਦੀ ਨਿਸ਼ਾਨੀ ਲੱਗ ਗਈ ਦੋਨੇ ਪਾਸੇ ਮਾਈਨਸ ਕੈਨਸਲ ਹੋ ਗਏ ਤਾਂ y ਕਿੰਨਾ ਆ ਗਿਆ 25 y ਕੀ ਸੀ ਤੌਰ ਪਏ ਦੇ ਸਿੱਕੇ ਹੁਣ ਦੇਖੋ ਕਿਤੇ 25 ਵਾਲੀ ਆਪਸ਼ਨ ਹੈਗੀ ਆ ਤਾਂ d ਚ ਹੀ ਹੈ ਜੇ ਆਪਾਂ ਨੇ ਟਾਈਮ ਬਚਾਉਣਾ ਹੈ ਆਪਣਾ ਇੱਕ ਆਨਸਰ ਆ ਗਿਆ ਹੋਰ ਕਿਸੇ ਚ ਆਪਾਂ ਨੂੰ ਆਪਸ਼ਨ ਚ 25 ਨਹੀਂ ਦਿਖ ਰਿਹਾ ਸੀ ਸਿਰਫ ਇੱਕੋ ਹੀ ਜਿਸ ਨੂੰ ਆਪਾਂ ਨੂੰ ਪਿਕ ਕਰਤਾ ਤੇ ਜੇ ਇਹ ਰਿਟਰਨ ਕੁਐਸਚਨ ਆਉਂਦਾ ਤਾਂ ਫਿਰ ਆਪਾਂ y ਦਾ ਮੁੱਲ ਕਿਸੇ ਹੋਰ ਸਮੀਕਰਨ ਦੇ ਵਿੱਚ ਆ ਦੋਨੋਂ ਸਮੀਕਰਨਾਂ ਚੋਂ ਕਿਸੇ ਦੇ ਵਿੱਚ ਭਰਦੇ ਆ ਤਾਂ ਆਪਣੇ ਕੋਲੇ x ਦਾ ਆਨਸਰ ਵੀ ਆ ਜਾਂਦਾ 50 ਚੋਂ 25 ਗਏ 25 ਤਾਂ x ਕੀ ਸੀ 1 ਰੁਪਏ ਵਾਲੇ ਸਿੱਕੇ ਉਹ ਵੀ 25 ਨੇ y ਕੀ ਸੀ 2 ਰੁਪਏ ਵਾਲੇ ਸਿੱਕੇ ਉਹ ਵੀ 25 ਨੇ ਪਰ ਆਪਾਂ ਆਪਸ਼ਨਲ ਕੁਐਸਚਨਸ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲਗਾਉਣਾ ਕਿਉਂਕਿ ਅਗਲੇ ਕੋਈ ਕੁਐਸਚਨ ਆਪਾਂ ਸਾਰੇ ਕੰਪਲੀਟ ਕਰਨੇ ਨੇ ਲਿਮਿਟਡ ਟਾਈਮ ਦੇ ਵਿੱਚ ਤਾਂ ਜਦੋਂ ਫਸਟ ਆਨਸਰ ਆ ਗਿਆ ਆਪਾਂ ਆਪਸ਼ਨਾਂ ਚੋਂ ਦੇਖਣਾ ਸਟਾਰਟ ਕਰ ਦੇਣਾ ਜੇ ਇੱਕੋ ਹੀ ਆਪਸ਼ਨ ਚੋਂ ਤੁਹਾਨੂੰ ਲੱਗ ਰਿਹਾ ਹੈ ਆਨਸਰ ਤਾਂ ਉਸਨੂੰ ਟਿਕ ਕਰ ਦਿਓ ਕਲੀਅਰ ਹੈ ਜੀ ਅਗਲਾ ਦੇਖੋ ਜੇਕਰ ਦੋ ਸਮੀਕਰਨਾਂ ਦੇ ਆਲੇਖ ਮਤਲਬ ਗ੍ਰਾਫ ਹੈ ਦੋ ਇਕੁਏਸ਼ਨਸ ਦਾ ਆਪਸ ਵਿੱਚ ਕੱਟੇ ਇੱਕ ਮੰਨ ਲਓ ਇਹ ਆਪਣੀ ਐਕਸ ਐਕਸੀਸ ਹੈ ਵਾਈ ਐਕਸੀਸ ਹੈ ਜ਼ੀਰੋ ਇਕੁਏਸ਼ਨਾਂ ਜਿਹੜੀਆਂ ਨੇ ਆਪਣੇ ਗ੍ਰਾਫ ਬਣਾਏ ਉਹ ਕਿਸੇ ਪੁਆਇੰਟ ਦੇ ਉੱਪਰ ਕੱਟ ਕੇ ਲੰਘਗੇ ਮੰਨ ਲਓ ਪੀ ਪੁਆਇੰਟ ਤੇ ਕੱਟ ਗਏ ਠੀਕ ਹੈ ਤਾਂ ਉਹ ਕੁਐਸਚਨ ਕੀ ਪੁੱਛ ਰਿਹਾ ਹੈ ਵੀ ਸਮੀਕਰਨਾਂ ਕੀ ਹੋਣਗੀਆਂ ਸਮਪਾਤੀ ਮਤਲਬ ਇੱਕ ਦੇ ਲਾਈਨ ਦੇ ਉੱਪਰ ਹੀ ਦੂਜੀ ਲਾਈਨ ਹੋਊਗੀ ਨਹੀਂ ਫਿਰ ਤਾਂ ਉਹ ਕੱਟਨੇ ਨਹੀਂ ਅਸੰਗਤ ਹੋ ਨਹੀਂ ਸਕਦੇ ਕਿਉਂਕਿ ਜਿੱਥੇ ਉਹ ਕੱਟ ਰਹੇ ਨੇ ਬੇਟੇ ਉਹ ਉਹਨਾਂ ਦਾ ਆਨਸਰ ਹੈ ਸਮਾਂਤਰ ਨਹੀਂ ਹੋ ਸਕਦੇ ਕਿਉਂਕਿ ਜੇ ਸਮਾਂਤਰ ਹੋਣਗੇ ਤਾਂ ਫਿਰ ਉਹ ਇੱਕ ਦੂਜੇ ਨੂੰ ਕੱਟਣਗੇ ਨਹੀਂ ਤਾਂ ਕਿਹੜਾ ਆਨਸਰ ਆਊਗਾ ਇਹਦਾ ਆਪਣੇ ਕੋਲੇ ਸੰਗਤ ਜੇ ਸਮੀਕਰਨਾਂ ਦੇ ਆਲੇਖ ਆਪਸ ਵਿੱਚ ਕੱਟਦੇ ਨੇ ਤਾਂ ਸਮੀਕਰਨਾਂ ਸੰਗਤ ਨੇ ਮਤਲਬ ਉਹਨਾਂ ਦਾ ਆਨਸਰ ਨਿਕਲਦਾ ਅਗਲਾ ਕੁਐਸਚਨ 14ਵਾਂ ਦੋ ਸਮੀਕਰਨਾਂ ਦਿੱਤੀਆਂ ਹੋਈਆਂ ਤੇ ਉਹਨਾਂ ਦਾ ਹੱਲ ਪੁੱਛਿਆ ਤਾਂ ਬੱਚੇ ਪਹਿਲਾਂ ਹੀ ਦੇਖ ਲਓ ਇੱਧਰ x y ਐ ਇੱਧਰ 2x 3y ਐ ਤਾਂ ਮਾਈਂਡ ਦੇ ਵਿੱਚ ਪਹਿਲਾਂ ਹੀ ਆਪਾਂ ਸੋਚ ਲਓ ਕਿ ਪਹਿਲੀ ਇਕੁਏਸ਼ਨ ਨੂੰ 2 ਦੇ ਨਾਲ ਗੁਣਾ ਕਰਨੀ ਐ ਤਾਂ 2x 2y 7 2 14 ਠੀਕ ਐ ਕਿਉਂਕਿ ਆਪਾਂ ਪਹਿਲੀ ਸਾਰੀ ਦੀ ਸਾਰੀ ਸਮੀਕਰਨ ਨੂੰ ਕਿਹਦੇ ਨਾਲ ਗੁਣਾ ਕਰਤਾ 2 ਨਾਲ ਕਿਉਂ ਕਰਤਾ ਕਿਉਂਕਿ ਦੂਜੀ ਸਮੀਕਰਨ ਦੇ ਵਿੱਚ x ਦੇ ਨਾਲ ਕੀ ਸੀ 2y 2x ਸੀਗਾ ਆਪਾਂ ਨੇ x ਵਾਲੇ ਕੋਫੀਸ਼ੀਐਂਟਸ ਨੂੰ ਬਰਾਬਰ ਕਰ ਲਿਆ ਸਾਈਨ ਚੇਂਜ ਕੀਤੇ 2x ਨਾਲ 2x ਕੱਟ ਗਿਆ ਬੇਟਾ 3 ਤੇ 2 ਕਿੰਨੇ ਹੋਗੇ ਜੀ 5y 14 ਦੇ ਵਿੱਚੋਂ ਆਪਾਂ 9 ਘਟਾਉਣੇ ਨੇ ਕਿੰਨੇ ਰਹਿ ਜਾਣਗੇ 5 ਤਾਂ y ਕਿੰਨਾ ਆ ਗਿਆ 5/5 ਮਤਲਬ 1 ਬਸ ਤੈਨੂੰ ਇੱਥੇ ਹੀ ਛੱਡ ਦਿਓ ਹਨਾ ਆਪਸ਼ਨਾਂ ਨੂੰ ਦੇਖਣਾ ਸ਼ੁਰੂ ਕਰੋ ਕਿਉਂਕਿ ਆਪਣੇ ਕੋਲ ਇੱਕ ਆਨਸਰ ਆ ਚੁੱਕਿਆ ਹੈ ਤਾਂ ਇੱਥੇ ਦੇਖੋ 9 3 ਹੈ 5 2 ਹੈ 4 3 ਵਿੱਚ ਕਿਤੇ ਵੀ 1 ਨਹੀਂ ਹੈਗਾ ਸਿਰਫ ਇਹਦੇ ਵਿੱਚ 1 ਹੈ ਤਾਂ ਸੀ ਆਪਸ਼ਨ ਨੂੰ ਟਿਕ ਕਰ ਦਿਓ ਜਪਾ ਕਨਫਰਮ ਹੋਣਾ ਹੈ ਆਪਣੇ ਕੋਲ ਟਾਈਮ ਹੈਗਾ ਤਾਂ y ਦੀ ਵੈਲਿਊ ਪਹਿਲੀ ਇਕੁਏਸ਼ਨ ਦੇ ਵਿੱਚ ਭਰ ਲਓ y ਦੀ ਥਾਂ ਤੇ ਆਪਾਂ 1 ਭਰ ਲਿਆ 1 ਰਾਈਟ ਸਾਈਡ ਤੇ ਜਾ ਕੇ ਮਾਈਨਸ ਹੋ ਗਿਆ 7 ਚੋਂ 1 ਘਟਾਵਾਂਗੇ 6 ਦੇਖੋ ਤਾਂ ਵੀ ਉਹੀ ਆਨਸਰ ਆਇਆ x 6 y 1 ਕਲੀਅਰ ਹੈ ਬੇਟਾ ਕੁਐਸਚਨ ਇਹ ਅਗਲਾ ਕੁਐਸਚਨ ਦੇਖੋ ਇਹ ਇਸ ਵੀਡੀਓ ਦਾ ਬੇਟਾ ਲਾਸਟ ਕੁਐਸਚਨ ਹੈ 15 ਕੁਐਸਚਨ ਆਪਾਂ ਇਸ ਚ ਕਰ ਰਹੇ ਹਾਂ ਬਾਕੀ ਆਪਾਂ ਕੁਐਸਚਨ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਇਦੇ ਵਿੱਚ ਮਿਲਣਾ ਦਾ 40 ਕੁਐਸਚਨਸ ਆਏ ਨੇ ਤਾਂ 20 ਆਪਾਂ ਇਸ ਵੀਡੀਓ ਦੇ ਵਿੱਚ ਕਰ ਲੈਨੇ ਆ ਠੀਕ ਹੈ ਹਾਂਜੀ ਆਪਾਂ ਕਿਹੜੇ ਕੁਐਸਚਨ ਤੇ ਆਗੇ ਸੀ 15 ਤੇ ਇਸ ਕੁਐਸਚਨ ਚ ਕੀ ਹੈ ਸਮੀਕਰਨਾ ਦਾ ਇਸ ਤਰ੍ਹਾਂ ਦਾ ਹੱਲ ਹੋਊਗਾ ਦੇਖੋ ਇਹਨੇ ਸਾਰੇ ਕਰ ਆਪਣੇ ਹੱਲ ਆਪਸ਼ਨਾਂ ਚ ਦਿੱਤੇ ਹੋਏ ਨੇ ਆਪਾਂ ਚੈੱਕ ਕਰਨਾ ਵੀ ਇਹਨਾਂ ਦਾ ਹੱਲ ਕਿਸ ਤਰ੍ਹਾਂ ਦਾ ਹੈ ਤਾਂ ਉਹਦੇ ਲਈ ਬੇਟਾ ਪਹਿਲਾਂ ਸਮੀਕਰਨਾ ਨੂੰ ਲਿਖ ਲਓ ਉਕੇ ਜਦੋਂ ਆਪਾਂ ਇੱਕ ਦੂਜੇ ਦੇ نیچے ਸਮੀਕਰਨ ਲਿਖਦੇ ਆ ਤਾਂ ਆਪਾਂ ਨੂੰ ਕੋਫੀਸ਼ੀਐਂਟਸ ਕਲੀਅਰ ਹੋ ਜਾਂਦੇ ਨੇ ਦੇਖੋ 3 ਓਵਰ 2 ਪਹਿਲਾਂ ਆਪਾਂ ਜਦੋਂ a1 ਓਵਰ a2 ਕੀਤਾ b1 ਓਵਰ b2 ਕਰਾਂਗੇ ਦਾ 3 ਓਵਰ 1 c1 ਓਵਰ c2 ਕਰਾਂਗੇ 4 ਓਵਰ 5 ਤਾਂ ਬੇਟਾ ਇਹ ਦੇਖੋ ਕੋਈ ਵੀ ਜਿਹੜਾ ਅਨੁਪਾਤ ਹੈ ਉਹ ਇੱਕ ਦੂਜੇ ਦੇ ਬਰਾਬਰ ਨਹੀਂ ਆ ਰਿਹਾ ਜੇ ਨਹੀਂ ਆ ਰਿਹਾ ਤਾਂ ਫਿਰ ਇਹਦਾ ਕੀ ਲਿਖਦੇ ਹੁੰਨੇ ਆਪਾਂ ਇੱਕ ਹੱਲ ਹੋਵੇਗਾ ਯੂਨੀਕ ਸੋਲੂਸ਼ਨ तो होगा जी एक हल ठीक है बेटा समझ आ गया है क्वेश्चन अगला जो क्वेश्चन है एक्स तुरे ते स्थित किसी बिंदु का कोटी कोटी मतलब ओडिनेट मतलब वाई कोऑर्डिनेट भुज किनू कहने होंने एक्स कोऑर्डिनेट न ठीक है कोटी किनू कहने होंने आप वाई कोऑर्डिनेट न ਤਾਂ ਕਹਿੰਦੇ ਇਸ ਦਾ ਕੋਟੀ ਕਿੰਨਾ ਹੋਊਗਾ ਹੁਣ ਜੇ ਬੇਟਾ ਉਹ x ਤੁਰੇ ਤੇ ਆ ਤਾਂ ਉਹ ਕਿਸ ਟਾਈਪ ਦੇ ਹੋਣਗੇ x ਤੁਰੇ ਤੇ ਸਾਰੇ ਪੁਆਇੰਟ x 0 ਟਾਈਪ ਦੇ ਤਾਂ ਉਹਦਾ ਕੋਟੀ ਕਿੰਨਾ ਹੋਊਗਾ ਹਮੇਸ਼ਾ 0 ਕਿਹੜੀ ਆਪਸ਼ਨ ਆ ਰਹੀ ਹੈ a ਆਪਸ਼ਨ ਕਲੀਅਰ ਹੈ ਬੇਟਾ ਹੁਣ ਬੱਚੇ ਆਪਾਂ ਕਰਦੇ ਆ ਆਪਣਾ ਕੁਐਸਚਨ ਨੰਬਰ 17 ਨਿਰਦੇਸ਼ ਅੰਕ ਮਤਲਬ ਕੋਆਰਡੀਨੇਟਸ a ਅਤੇ b ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਹੋਣਗੇ ਮਤਲਬ A ਅਤੇ C ਆਪਾਂ ਨੂੰ 2 ਪੁਆਇੰਟਸ ਦਿੱਤੇ ਹੋਏ ਨੇ ਉਹਨਾਂ ਦਾ ਆਪਾਂ ਮੱਧ ਬਿੰਦੂ ਮਤਲਬ ਮਿਡ ਪੁਆਇੰਟ ਕੱਢਣਾ ਤਾਂ ਮਿਡ ਪੁਆਇੰਟ ਦਾ ਫਾਰਮੂਲਾ ਕੀ ਹੁੰਦਾ ਹੈ x1 x2 2 y1 y2 2 ਯਾਨੀ ਕਿ ਪਹਿਲਿਆਂ ਪਹਿਲਿਆਂ ਦਾ ਜੋੜ बटे 2 ਦੂਜੇ ਦੂਜਿਆਂ ਦਾ ਜੋੜ बटे 2 ਤਾਂ ਪਹਿਲੇ ਪਹਿਲੇ ਅੱਖਰ ਕਿਹੜੇ ਨੇ ਜੀ 3 7 2 2 4 देखो पहला अक्षर 3 ਸੀ ਇਹਦਾ ਪਹਿਲਾ ਅੱਖਰ 7 ਦੋਨਾਂ ਨੂੰ ਜੋੜਿਆ बटे 2 Y ਕੋਆਰਡੀਨੇਟ ਇੱਕ ਦਾ -2 ਸੀ ਇੱਕ ਦਾ 4 ਦੋਨਾਂ ਨੂੰ ਜੋੜਿਆ बटे 2 ਪੈਂ ਜਾਊਗਾ 7 ਤੇ 3 10 10 बटे 2 4 ਚੋਂ 2 ਘਟਾਵਾਂਗੇ 2 बटे 2 ਪਲੱਸ ਦਾ ਹੀ ਆਊਗਾ ਪਹਿਲਾਂ 10 ਤੇ 2 ਕੱਟ ਗਏ 5 ਆ ਗਿਆ 2 ਤੇ 2 ਕੱਟ ਗਏ 1 ਆ ਗਿਆ ਤਾਂ ਮਿਡ ਪੁਆਇੰਟ ਕੀ ਆ ਗਿਆ ਬੇਟਾ 5 1 ਕਿਹੜੀ ਆਪਸ਼ਨ ਚ ਲਿਖਿਆ ਹੋਇਆ A ਆਪਸ਼ਨ 18ਵਾਂ ਕੁਐਸਚਨ ਹੈ ਬੇਟੇ ਨਿਰਦੇਸ਼ਾੰਕ ਕੋਆਰਡੀਨੇਟਸ ਨੇ ਦੋ ਦਿੱਤੇ ਹੋਏ ਉਹਨਾਂ ਦੇ ਵਿਚਕਾਰਲੀ ਦੂਰੀ ਪਤਾ ਕਰੋ ਡਿਸਟੈਂਸ ਪਤਾ ਕਰਨਾ ਹੈ ਠੀਕ ਹੈ ਤਾਂ ਡਿਸਟੈਂਸ ਫਾਰਮੂਲਾ ਲਗਾਵਾਂਗੇ ਬੇਟਾ ਡਿਸਟੈਂਸ ਫਾਰਮੂਲਾ ਕੀ ਹੁੰਦਾ ਹੈ ਜੇ ਆਪਣੇ ਕੋਲੇ ਦੋ ਪੁਆਇੰਟਸ ਦਿੱਤੇ ਹੋਏ ਨੇ x1 y1 ਤੇ x2 y2 ਡਿਸਟੈਂਸ ਕਿਵੇਂ ਕੱਢਦੇ ਹੁੰਦੇ ਆ ਦੋਨੋਂ ਪੁਆਇੰਟਸ ਦਾ x2 x1 ਦਾ ਹੋਲ ਸਕਰ ਪਲੱਸ y2 y1 होल स्केयर सारे का अंडर रूट तो देखो जी सब तो पहला स्टप फोर माइनस टू द स्केर प्लस वन माइनस थ्री का स्केर सारे दंडर रूट चार चो दो बेटा दो ते दो दोेयर कि होंगे चार एक चो तीन घटावे तो माइनस का दो माइनस दो का स्केर कि होगा चार 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 किन्ने बन गए बच्चे अठ ਹੁਣ 8 ਦੇ ਆਪਾਂ ਕੀਵੇਂ ਬਣਾਣੇ ਨੇ ਪ੍ਰਾਈਮ ਫੈਕਟਰਸ 2 2 2 ਜੋਟਾ ਬਣ ਗਿਆ ਇੱਕ ਜੋੜਾ ਬਣ ਗਿਆ ਪੇਅਰ ਬਣ ਗਿਆ ਠੀਕ ਹੈ ਤਾਂ ਉਹ ਪੇਅਰ ਦਾ ਇੱਕ ਦੋ ਬਾਹਰ ਆ ਜੇਗਾ ਦੋ ਇੱਕ ਅੰਦਰ ਰਹੇਗਾ ਵਰਗਮੂਲ ਕੱਢ ਰਹੇ ਹਾਂ ਜਿਹੜੇ ਜੋਟੇ ਹੁੰਦੇ ਨੇ ਉਹ ਬਾਹਰ ਆ ਜਾਂਦੇ ਨੇ ਠੀਕ ਹੈ ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ 2 √2 ਯੂਨਿਟਸ ਲਿਖ ਦੋ ਇਕਾਈਆਂ ਲਿਖ ਦੋ ਤਾਂ ਜੇ ਇੰਗਲਿਸ਼ ਮੀਡੀਅਮ ਹੋਊਗਾ ਬੇਟਾ ਯੂਨਿਟਸ ਲਿਖਿਆ ਹੋਊਗਾ ਤਾਂ ਆਪਣੇ ਕੋਲੇ 2 √2 ਕਿਹੜੇ ਆਪਸ਼ਨ ਦੇ ਵਿੱਚ ਲੱਗ ਰਿਹਾ ਜੀ ਬੀ ਆਪਸ਼ਨ ਚ ਸਮਝ ਆਇਆ ਬੇਟਾ ਬੀ ਆਪਸ਼ਨ ਇਹਦਾ ਆਨਸਰ ਆ ਗਿਆ ਅਗਲਾ ਕੁਐਸਚਨ ਹੈ ਕਹਿੰਦੇ ਜੇ a ਪੁਆਇੰਟ ਹੈ x1 y1 b ਹੈ x2 y2 c ਹੈ x3 y3 ਸਮਰੇਖੀ ਹੋਣ ਸਮਰੇਖੀ ਦਾ ਮਤਲਬ ਕੋਲੀਨੀਅਰ ਤਾਂ ਇਹਨਾਂ ਬਿੰਦੂਆਂ ਦੁਆਰਾ ਬਣੀ ਤ੍ਰਿਭੁਜ ਦਾ ਖੇਤਰਫਲ ਏਰੀਆ ਆਫ ਟ੍ਰਾਇੰਗਲ ਕਿੰਨਾ ਹੋਊਗਾ ਤਾਂ ਰਾਜੇ ਇਹ ਅੰਡਰਸਟੂਡ ਹੈ ਦੇਖੋ ਉੱਪਰਲੀ ਫਿਗਰ ਦੇ ਵਿੱਚ ਇਹ ਤਿੰਨ ਤੁਹਾਨੂੰ ਪੁਆਇੰਟਸ a b c ਨੇ ਜਿਹੜੇ ਕੋਲੀਨੀਅਰ ਦਿਖ ਰਹੇ ਨੇ ਤਾਂ ਇਹਨਾਂ ਨੇ ਕੋਈ ਤਿਕੋਣ ਬਣਾਈ ਹੋਈ ਨਹੀਂ ਜੇ ਕੋਈ ਤਿਕੋਣ ਬਣਾਈ ਹੋਈ ਨਹੀਂ ਤਾਂ ਉਹਦਾ ਜਿਹੜਾ ਖੇਤਰਫਲ ਉਹ ਕਿੰਨਾ ਹੋਊਗਾ ਜ਼ੀਰੋ ਇਹਦਾ ਆਨਸਰ ਆਊਗਾ ਜ਼ੀਰੋ ਵਰਗ ਇਕਾਈਆਂ 20ਵਾਂ ਕੁਐਸਚਨ ਦੇਖੋ AP ਤੇ AB ਦੇ ਵਿੱਚ ਰਿਲੇਸ਼ਨ ਦਿੱਤਾ ਹੈ AP ਕੀ ਹੈ 3/7 AB ਤੇ ਕੱਢਣਾ ਕੀ ਹੈ ਆਪਾਂ AP ਤੇ PB ਦੀ ਰੇਸ਼ਿਓ ਤਾਂ ਇਹਦੇ ਲਈ ਬੇਟਾ ਇਹਨੂੰ ਕ੍ਰੋਸ ਮਲਟੀਪਲਾਈ ਕਰੋ AP ਬਰਾਬਰ ਹੈ 3 ਓਵਰ 7ab ਕ੍ਰਾਸ ਮਲਟੀਪਲਾਈ ਕਰਾਂਗੇ 7ap ਬਰਾਬਰ ਹੈ 3ab ਹੁਣ ਫਿਗਰ ਨੂੰ ਦੇਖੋ ਬੇਟਾ ab ਜਿਹੜੀ ਹੈ ਉਹਨੂੰ ਆਪਾਂ ap plus pb ਲਿਖ ਸਕਦੇ ਹਾਂ ਯੈਸ ਲਿਖ ਸਕਦੇ ਹਾਂ ਇੱਥੇ ਲਿਖਾਂਗੇ ਆਪਾਂ ap plus pb ਬ੍ਰੈਕਟ ਖੋਲੋ 3ap plus 3pb ਇਹ एपी ਵਾਲੀ ਰਕਮ ਲੈਫਟ ਸਾਈਡ ਤੇ ਲਿਆਓ 7 ਚੋਂ 3 ਜਾਣਗੇ 4 एपी 3 ਪੀਬੀ ਹੁਣ एपी ਦੇ نیچے ਲਿਆਓ ਪੀਬੀ ਤੇ ਉਧਰ ਆਪਣੇ ਕੋਲ ਬਣ ਜਾਏਗਾ 3/4 ਤਾਂ ਕਿਹੜੀ ਆਪਸ਼ਨ ਚ 3/4 ਲਿਖਿਆ ਹੋਇਆ ਦੇਖੋ ਚੌਥੀ ਆਪਸ਼ਨ ਚ ਲਿਖਿਆ ਹੋਇਆ ਚੌਥੀ ਆਪਸ਼ਨ ਚ 3/4 ਇਹ ਤਾਂ ਹੈਗਾ ਜਿਹੜਾ ਰੂਲ ਤੁਸੀਂ ਸੋਲਵ ਕਰਕੇ ਮਤਲਬ ਇਹ ਸਵਾਲ ਲਿਖਣ ਵਾਲਾ ਹੁੰਦਾ ਜੇ ਇਦਾਂ ਆਪਾਂ ਆਪਸ਼ਨਾਂ ਦੇ ਵਿੱਚੋਂ ਵੀ ਦੇਖਣਾ ਤਾਂ ਵੀ ਹੋ ਸਕਦਾ ਹੈ ਦੇਖੋ ਏਪੀ ਹਿੱਸੇ ਜਿਹੜਾ ਉਹ 3 ਦਿੱਤਾ ਹੋਇਆ ਏਬੀ ਹਿੱਸਾ ਜਿਹੜਾ ਉਹ 7 ਦਿੱਤਾ ਹੋਇਆ ਏਪੀ ਦੇ ਨੀਚੇ ਜੇ ਏਬੀ ਲਿਆਉਂਗੇ ਉਧਰ 3 ਓਵਰ 7 ਤਾਂ ਆਪਾਂ ਇੱਕ ਅੰਦਾਜ਼ਾ ਜਾਂ ਲਾ ਲਿਆ ਤਾਂ ਇਹ 3 ਹੈ ਪੂਰਾ 7 ਹੈ ਤੇ ਇਹ ਕਿੰਨਾ ਹੋਊਗਾ 4 ਤਾਂ ਏਪੀ ਓਵਰ ਪੀਬੀ ਕਿੰਨਾ ਹੋਊਗਾ 3 ਓਵਰ 4 ਤਾਂ ਆਪਸ਼ਨਲ ਕੁਐਸਚਨ ਦੇ ਲਈ ਤਾਂ ਆਪਾਂ ਇਦਾਂ ਵੀ ਸੋਚ ਸਕਦੇ ਹਾਂ ਠੀਕ ਹੈ ਬੇਟਾ ਜੀ ਤਾਂ ਇਹ ਸੀਗੇ ਆਪਣੇ 20 ਕੁਐਸਚਨਸ ਮਾਡਲ ਟੈਸਟ ਪੇਪਰ ਨੰਬਰ 1 ਦੇ ਅਗਲੇ ਜਿਹੜੇ 20 ਕੁਐਸਚਨ ਨੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਦੇਖਾਂਗੇ ਜੇ ਤੁਹਾਨੂੰ ਇਹ 20 ਕੁਐਸਚਨਸ ਚੰਗੀ ਤਰ੍ਹਾਂ ਸਮਝ ਆ ਗਏ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਆ ਕਰੋ ਹੌਸਲਾ ਮਿਲਦਾ ਰਹਿੰਦਾ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਬਾਏ ਬੱਚੇ